ਮਿਊਜ਼ਿਕ ਇੰਡਸਟਰੀ ਦੇ ਗਰੋਇੰਗ ਟੈਲੈਂਟ ਨੂੰ ਇੱਕ ਵਾਰੀ ਫਿਰ ਤੋਂ ਤੁਹਾਡੇ ਰੂਬਰੂ ਕਰਵਾਉਣ ਲਈ ਹਾਜ਼ਰ ਹਾਂ ਜੀ। ਮੈਂ ਤੁਹਾਡੀ ਆਪਣੀ ਹੋਸਟ ਭਾਵਨਾ ਸ਼ਰਮਾ ਇਸ ਖਾਸ ਸ਼ੋਅ ਦੇ ਵਿੱਚ ਜਿਹਦਾ ਨਾਮ ਹੈ ਫਸਟ ਲੁੱਕ। ਅੱਜ ਮੈਂ ਤੁਹਾਨੂੰ ਜਿਸ ਸਿੰਗਰ ਦੇ ਨਾਲ ਮਿਲਵਾਉਂਗੀ ਉਸਦੀ ਪਰਸਨੈਲਿਟੀ ਦੀਆਂ ਕਿਆ ਨੇ ਬਾਤਾਂ, ਉਸਦੀ ਸਿੰਗਿੰਗ ਦੀਆਂ ਕਿਆ ਨੇ ਬਾਤਾਂ ਅਤੇ ਉਹਦੀ ਨਫ਼ਰਤ ਦੀਆਂ ਕਿਆ ਨੇ ਬਾਤਾਂ। ਸੋ ਵੈਲਕਮ ਕਰਦੇ ਹਾਂ ਜੀ ਵੈਰੀ ਟੈਲੈਂਟਡ ਐਂਡ ਵੈਰੀ ਹੈਂਡਸਮ ਸਿੰਗਰ ਸਾਹਿਲ ਸੋਬਿਰ। ਵੈਲਕਮ ਹੈ ਜੀ ਸਾਹਿਲ ਤੁਹਾਡਾ ਬਹੁਤ ਬਹੁਤ ਸਾਡੇ ਸ਼ੋਅ ਦੇ ਵਿੱਚ ਜਿਹਦਾ ਨਾਮ ਹੈ ਫਸਟ ਲੁੱਕ। ਥੈਂਕ ਯੂ ਸੋ ਮਚ। ਅਤੇ ਸਾਹਿਲ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਵੀ ਪਹਿਲੀ ਵਾਰ ਇੱਦਾਂ ਹੋਇਆ ਵੀ ਕਿਸੇ ਦੇ ਨਫ਼ਰਤ ਦੇ ਨਾਲ ਲੋਕਾਂ ਨੂੰ ਇੰਨਾ ਪਿਆਰ ਹੋ ਗਿਆ। ਇਹ ਨਫ਼ਰਤ ਸੌਂਗ ਸੀ ਨਾ ਜਿਹੜਾ, ਇਹ ਆਪਣਾ ਡੈਬਿਊ ਸੌਂਗ ਸੀਗਾ ਫਸਟ, ਔਰ ਇਹ ਨਫ਼ਰਤ ਨੂੰ ਲੋਕਾਂ ਨੇ ਪਿਆਰ ਦੇ ਵਿੱਚ ਕਨਵਰਟ ਕਰਕੇ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ, ਔਰ ਇਹ ਗਾਣਾ ਮੇਰਾ ਫਸਟ ਡੈਬਿਊ ਸੀਗਾ ਔਰ ਬਹੁਤ ਵਧੀਆ, ਬਹੁਤ ਜ਼ਿਆਦਾ ਵਧੀਆ ਰਿਸਪੌਂਸ ਮਿਲਿਆ ਐਜ਼ ਅ ਡੈਬਿਊ ਸੌਂਗ। ਤੁਹਾਡੀ ਵੋਇਸ ਦੀ ਜਿਹੜੀ ਟੈਕਸਚਰ ਹੈ, ਤੁਹਾਡੀ ਵੋਇਸ ਬਹੁਤ ਹੀ ਜ਼ਿਆਦਾ ਯੂਨੀਕ ਹੈ, ਤੇ ਇਹਦੇ ਬਾਰੇ ਕੀ ਕਹੋਗੇ ਵੀ ਇਹ ਯੂਨੀਕਨੈਸ ਜਿਹੜੀ ਹੈ ਕਿੱਥੋਂ ਇੰਨੀ ਯੂਨੀਕਨੈਸ ਆਈ ਤੁਹਾਡੀ ਵੌਇਸ ਦੇ ਵਿੱਚ? ਇਹ ਐਕਚੁਅਲੀ ਛੋਟੇ ਹੁੰਦੇ ਤੋਂ ਸੁਣਦਾ ਆ ਰਿਹਾ ਸੀ ਮੈਂ ਗਾਣਾ, ਮੇਰੀ ਸੁਣਨੀ ਬਹੁਤ ਵਧੀਆ ਸੀ ਸ਼ੁਰੂ ਤੋਂ, ਉਹਦੇ ਕਰਕੇ ਮੈਂ ਲਾਈਕ ਪਿਛਲੇ 4-5 ਸਾਲਾਂ ਤੋਂ ਗਾਣ ਲੱਗ ਪਿਆ ਦੋਸਤਾਂ ਦੇ ਵਿੱਚ ਬੈਠ ਕੇ, ਮੈਨੂੰ ਕੰਪਲੀਮੈਂਟਸ ਮਿਲਣ ਲੱਗੇ ਬਹੁਤ ਵਧੀਆ ਦੋਸਤਾਂ ਨੂੰ, ਫਿਰ ਮੈਂ ਆਪਣੇ ਵਾਸਤੇ ਗਾਣਾ ਲੱਭਣ ਲੱਗਾ ਹੈ ਨਾ, ਫਿਰ ਮੈਨੂੰ ਗਾਣਾ ਮਿਲਿਆ ਬੜੀ ਮੁਸ਼ਕਿਲ ਨਾਲ ਜਾ ਕੇ, ਫਿਰ ਮੈਂ ਉਹ ਹੁਣ ਉੱਤੇ ਕੰਮ ਕੀਤਾ ਸਾਰਾ, ਫਿਰ ਜਾ ਕੇ ਹੁਣ ਰਿਲੀਜ਼ ਹੋਇਆ ਲਾਈਕ 8-10 ਦਿਨ ਪਹਿਲਾਂ ਹੁਣ ਤੋਂ, ਅਤੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ। ਪੰਜਾਬੀ ਇੰਡਸਟਰੀ ਦੇ ਵਿੱਚ ਜਿਵੇਂ ਆਪਾਂ ਰੋਜ਼ ਦੇਖਦੇ ਹਾਂ ਬਹੁਤ ਜ਼ਿਆਦਾ ਨਿਊ ਸਿੰਗਰਸ ਆ ਰਹੇ ਹੈ ਨਾ, ਅਤੇ ਬਟ ਕੁਛ ਦੇਰ ਬਾਅਦ ਉਹ ਗੁੰਮ ਹੋ ਜਾਂਦੇ ਹੈ, ਅਤੇ ਤੁਸੀਂ ਕੀ ਸਪੈਸ਼ਲ ਪ੍ਰੈਪਰੇਸ਼ਨਸ ਕਰਕੇ ਆਏ ਹੋ ਵੀ ਲੌਂਗ ਟਰਮ ਸਰਵਾਈਵ ਕਰ ਸਕੋ? ਮੇਰਾ ਮੰਨਣਾ ਵਾ ਕਿ ਬੰਦੇ ਦੀ ਸਿਲੈਕਸ਼ਨ ਅੱਛੀ ਹੋਣੀ ਚਾਹੀਦੀ ਹੈ, ਅਗਰ ਸੌਂਗ ਦੀ ਸਿਲੈਕਸ਼ਨ ਅੱਛੀ ਹੈ ਨਾ ਤਾਂ ਉਹ ਬੰਦਾ ਜਲਦੀ ਡਾਊਨ ਨਹੀਂ ਜਾਊਗਾ ਮੇਰੇ ਹਿਸਾਬ ਨਾਲ, ਹੈ ਨਾ। ਅਤੇ ਲਾਈਕ ਮੈਨੂੰ ਵੀ ਸਿਮੀਲਰਲੀ ਇਹੀ ਗੱਲ ਸੀਗੀ ਕਿ ਨਫ਼ਰਤ ਜਦੋਂ ਸੌਂਗ ਮਿਲਿਆ ਮੈਨੂੰ, ਲਾਈਕ ਮੈਂ ਆਪਣੇ ਵੱਡੇ ਭਰਾਵਾਂ ਨਾਲ, ਘਰਦਿਆਂ ਨਾਲ, ਸਾਰਿਆਂ ਨੇ ਕੰਸਲਟ ਕੀਤਾ ਗਾ ਨਾ, ਉਹ ਸਾਰੇ ਕਹਿੰਦੇ ਬੈਟਰ ਆ, ਬਹੁਤ ਵਧੀਆ ਵਾ, ਤਾਂ ਕਰਕੇ ਆਪਾਂ ਉਹਨੂੰ ਇੰਪਲੀਮੈਂਟ ਕੀਤਾ ਅੱਗੇ ਪ੍ਰੋਜੈਕਟ ਨੂੰ। ਕਿੱਦਾਂ ਸਾਰਾ ਸਫ਼ਰ ਸ਼ੁਰੂ ਹੋਇਆ ਮਿਊਜ਼ਿਕ ਦੇ ਨਾਲ ਸਾਂਝ, ਕਦੋਂ ਤੋਂ ਤੁਹਾਡੇ ਕਿੱਦਾਂ ਸ਼ੁਰੂ ਹੋਇਆ ਸਾਰਾ ਕੁਛ? ਦੇਖੋ ਗਾਉਣ ਦਾ ਸ਼ੌਂਕ ਤਾਂ ਛੋਟੇ ਹੁੰਦਿਆਂ ਤੋਂ ਹੀ ਸੀਗਾ ਮੈਨੂੰ, ਅਤੇ ਲਾਈਕ ਬਟ ਕਿਸੇ ਦੇ ਸਾਹਮਣੇ ਨਹੀਂ ਗਾਉਂਦਾ ਸੀਗਾ, ਸ਼ਾਈ ਸੀ ਕਾਫੀ। ਜਦੋਂ ਚੰਡੀਗੜ੍ਹ ਆਇਆ ਲਾਈਕ ਪਿਛਲੇ 4 ਸਾਲ ਪਹਿਲਾਂ, ਦੋਸਤਾਂ ਦੇ ਵਿੱਚ ਬੈਠਣਾ ਸ਼ੁਰੂ ਕੀਤਾ ਲਾਈਕ ਗਾਣਾ ਥੋੜ੍ਹਾ ਬਹੁਤ, ਨਾ ਨਾਲ ਦੇ ਦੋਸਤ ਵੀ ਗਾਉਂਦੇ ਸੀ, ਆਪਾਂ ਵੀ ਨਾਲ ਗਾਈਦਾ ਸੀ, ਅਤੇ ਕੰਪਲੀਮੈਂਟਸ ਬਹੁਤ ਅੱਛੇ ਮਿਲਦੇ ਸੀ ਉਹਨਾਂ ਵੱਲੋਂ, ਹੈ ਨਾ, ਕਿ ਆਵਾਜ਼ ਵਧੀਆ ਵਾ ਤੂੰ ਟਰਾਈ ਕਰੀਏ। ਫਿਰ ਉਦੋਂ ਤੋਂ ਮੈਂ ਗਾਣੇ ਲੱਭਦਾ ਪਿਆ ਸੀਗਾ, ਗਾਣਾ ਮੈਨੂੰ ਮਿਲ ਨਹੀਂ ਰਿਹਾ ਸੀ ਮੇਰੇ ਮਤਲਬ ਦਾ, ਫਿਰ ਮੈਨੂੰ ਨਫ਼ਰਤ ਮਿਲਿਆ, ਫਿਰ ਆਪਾਂ ਉਹਨੂੰ ਅੱਗੇ ਪ੍ਰੋਸੀਡ ਕੀਤਾ, ਹੈ ਨਾ, ਵੀਡੀਓ ਬਣਾਈ, ਰਿਲੀਜ਼ ਕੀਤਾ, ਫਿਰ ਬਹੁਤ ਵਧੀਆ, ਬਹੁਤ ਜ਼ਿਆਦਾ ਵਧੀਆ ਰਿਸਪੌਂਸ ਮਿਲਿਆ। ਅਤੇ ਅੱਜ ਕੱਲ੍ਹ ਤਾਂ ਸਾਹਿਲ ਤੁਹਾਡਾ ਗਾਣਾ ਬੜਾ ਹੀ ਸੁਪਰ ਡੁਪਰ ਹਿੱਟ ਜਾ ਰਿਹਾ ਹੈ, ਅਤੇ ਮੈਂ ਆਹ ਪੁੱਛਣਾ ਚਾਹਾਂਗੀ ਵੀ ਲੋਕ ਤੁਹਾਨੂੰ ਅੱਜ ਕੱਲ੍ਹ ਬਹੁਤ ਸੁਣ ਰਹੇ ਹੈ, ਬਟ ਤੁਸੀਂ ਕਿਹਨੂੰ ਸੁਣਨਾ ਪਸੰਦ ਕਰਦੇ ਹੋ? ਮੇਰੇ ਜੀ ਆਲ ਟਾਈਮ ਫੇਵਰੇਟ ਮਨਿੰਦਰ ਭਾਅ ਜੀ ਰਹੇ, ਮਨਿੰਦਰ ਬੁੱਟਰ ਭਾਅ ਜੀ, ਅਤੇ ਉਹਨਾਂ ਦਾ ਐਕਚੁਅਲੀ ਸਪੋਰਟ ਵੀ ਬਹੁਤ ਰਹੀ ਆ ਮੈਨੂੰ, ਲਾਈਕ ਛੋਟੇ ਹੁੰਦਿਆਂ ਤੋਂ ਮੈਂ ਫੈਨ ਆ ਉਹਨਾਂ ਦਾ, ਹੈ ਨਾ, ਲਾਈਕ ਜਦੋਂ ਯੰਗ ਏਜ ਸ਼ੁਰੂ ਹੁੰਦੀ ਆ, ਅਤੇ ਮੈਂ ਕਦੀ ਸੋਚਿਆ ਨਹੀਂ ਸੀ ਮੈਨੂੰ ਉਹਨਾਂ ਦੀ ਸਪੋਰਟ ਮਿਲੂਗੀ ਇੰਨੀ ਜ਼ਿਆਦਾ। ਮੇਰੇ ਗਾਣਾ ਹਿੱਟ ਹੋਣ ਦੇ ਵਿੱਚ ਬਹੁਤ ਵੱਡਾ, ਬਹੁਤ ਵੱਡੀ ਸਪੋਰਟ ਆ ਉਹਨਾਂ ਦੀ ਵੀ, ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਹੈਲਪ ਕੀਤੀ ਮੇਰੀ, ਹਰ ਤਰਫੋਂ ਉਸ ਬੰਦੇ ਨੇ ਮੇਰੀ ਬਹੁਤ ਹੈਲਪ ਕੀਤੀ ਆ। ਚਲੋ ਠੀਕ ਹੈ ਫਿਰ, ਜੇ ਤੁਸੀਂ ਉਹਨਾਂ ਦੇ ਇੰਨੇ ਵੱਡੇ ਫੈਨ ਹੋ ਤੇ ਇੱਕ ਗੀਤ ਤਾਂ ਬੰਦਾ ਹੀ ਹੈ, ਤੇ 2 ਲਾਈਨਾਂ ਹੋ ਜਾਣ ਫਿਰ। ਜੀ ਜੀ ਜ਼ਰੂਰ। ਚਲੋ। ਨੰਗੇ ਪੈਰੀ ਜਾਂਦੀ ਗੁਰੂ ਕਰੇ ਮੈਂ ਸਵੇਰੇ, ਸੁੱਖ ਦੀਆਂ ਸੁੱਖਾਂ ਮੱਥੇ ਟੇਕੇ ਵੀ ਬਥੇਰੇ, ਉਹ ਅੱਜ 7 ਸਾਲ ਹੋ ਗਿਆ ਪਿਆਰ ਨੂੰ, 7 ਸਾਲ ਹੋ ਗਿਆ ਪਿਆਰ ਨੂੰ, ਜਾਣ ਜਾਂਦੀ ਜਾਵੇ ਤੈਨੂੰ ਨਹੀਂ ਉਹ ਖੋਣਾ, ਹੋ ਬੇਬੇ ਮੰਨਦੀ ਨਾ ਮੇਰੀ ਸੁਣ ਸੋਹਣਿਆ, ਫੇ ਮੈਂ ਤੇਰੇ ਨਾਲ ਵਿਆਹ ਕਰਾਉਣਾ, ਬੇਬੇ ਮੰਨਦੀ ਨਾ ਮੇਰੀ ਸੁਣ ਸੋਹਣਿਆ, ਫੇ ਮੈਂ ਤੇਰੇ ਨਾਲ ਵਿਆਹ ਕਰਾਉਣਾ। ਕਿਆ ਬਾਤ ਹੈ। ਤੇ ਸਾਹਿਲ ਜੀ ਹੁਣ ਮੈਂ ਤੁਹਾਨੂੰ ਤੁਹਾਡੇ ਸੌਂਗ ਦੇ ਬਾਰੇ ਪੁੱਛਣਾ ਚਾਹਾਂਗੀ ਵੀ ਇੰਨਾ ਵਧੀਆ ਰਿਸਪੌਂਸ ਮਿਲਿਆ, ਇੰਨੇ ਵਧੀਆ ਵਿਊਜ਼ ਮਿਲੇ, ਤੇ ਕਿਤੇ ਨਾ ਕਿਤੇ ਤੁਸੀਂ ਐਕਸਪੈਕਟ ਕੀਤਾ ਸੀਗਾ ਵੀ ਇਹ ਸੌਂਗ ਇੰਨਾ ਹਿੱਟ ਜਾਏਗਾ? ਐਕਚੁਅਲੀ ਜਦੋਂ ਅਸੀਂ ਪ੍ਰੋਜੈਕਟ ਦੇ ਉੱਪਰ ਕੰਮ ਕਰਨਾ ਸਟਾਰਟ ਕੀਤਾ ਸੀ ਨਾ, ਇਹਦੇ 'ਤੇ ਮਿਹਨਤ ਬਹੁਤ ਜ਼ਿਆਦਾ ਲੱਗੀ ਸੀ, ਬਹੁਤ ਜ਼ਿਆਦਾ, ਅਤੇ ਕਿਤੇ ਨਾ ਕਿਤੇ ਸਾਨੂੰ ਬਹੁਤ ਜ਼ਿਆਦਾ ਉਮੀਦ ਵੀ ਸੀ, ਕਿਉਂਕਿ ਹਰ ਚੀਜ਼ ਨਾਲ ਅਸੀਂ ਇਨਸਾਫ ਕੀਤਾ, ਵੀਡੀਓ ਵਾਈਜ਼ ਵੀਡੀਓ ਬਹੁਤ ਵਧੀਆ ਬਣਵਾਈ, ਠੀਕ ਆ, ਮਿਊਜ਼ਿਕ ਵੱਲੋਂ ਮਿਊਜ਼ਿਕ ਬਹੁਤ ਵਧੀਆ ਹੋਇਆ, ਗਾਣ ਵੱਲੋਂ ਵੀ ਆਪਾਂ ਪੂਰੀ ਕੋਸ਼ਿਸ਼ ਕੀਤੀ, ਜਿੰਨਾ ਕੁ ਨਿਭਾ ਸਕਦਾ ਸੀ ਮੈਂ ਨਿਭਾਇਆ, ਅਤੇ ਕਿਤੇ ਨਾ ਕਿਤੇ ਮੈਨੂੰ ਬਹੁਤ ਜ਼ਿਆਦਾ ਉਮੀਦ ਸੀ। ਬਟ ਮੈਂ ਇੱਕ ਸਾਈਡ ਲਾਈਕ ਹਰ ਸਿੱਕੇ ਦੇ 2 ਪਹਿਲੂ ਹੁੰਦੇ ਨਾ, ਮੈਂ ਇੱਕ ਪਾਸੇ ਇਹ ਵੀ ਸੋਚ ਕੇ ਬੈਠਾ ਸੀਗਾ ਕਿ ਅਗਰ ਇਹ ਗਾਣਾ ਨਹੀਂ ਜਾਂਦਾ ਇੰਨਾ ਉੱਚਾ, ਹੈ ਨਾ, ਜਾਂ ਹਿੱਟ ਨਹੀਂ ਜਾਂਦਾ,
ਫਿਰ ਮੈਂ ਟੁੱਟਣਾ ਨੀਗਾ, ਫਿਰ ਮੈਂ ਅਗਲੇ ਪ੍ਰੋਜੈਕਟ ਤੇ ਉਸ ਤੋਂ ਵੀ ਜ਼ਿਆਦਾ ਮਿਹਨਤ ਕਰਨੀ ਆ ਤਾਂ ਕਿ ਮੈਂ ਉਦੋਂ ਆਪਣਾ ਅਗਲਾ ਗਾਣਾ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾ ਸਕਾਂ। ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਿਲੈਕਸ਼ਨ ਆਫ ਸੌਂਗ ਇੱਕ ਬਹੁਤ ਹੀ ਵੱਡਾ ਟਾਸਕ ਹੈ ਨਾ, ਤੇ ਇਹ ਸੌਂਗ ਕਿੱਦਾਂ ਤੁਹਾਡੇ ਤੱਕ ਪਹੁੰਚਿਆ, ਕਿਵੇਂ ਤੁਸੀਂ ਇਹਨੂੰ ਆਪਣੇ ਲਈ ਸਿਲੈਕਟ ਕੀਤਾ? ਐਕਚੁਅਲੀ ਅਸੀਂ ਇੱਕ ਵਾਰ ਨਾ ਆਪਣੇ ਖਾਸ ਫਰੈਂਡ ਦੇ ਸ਼ੂਟ ਤੇ ਗਏ ਸੀ, ਉੱਥੇ ਉਹ ਫਰੈਂਡ ਦਾ ਅੱਗੇ ਲਿਰਿਸਿਸਟ ਸੀਗਾ ਇੱਕ ਲੜਕਾ, ਉੱਥੇ ਉਹ ਮਿਲਿਆ ਮੈਨੂੰ ਹੈ ਨਾ, ਉਹਨਾਂ ਨੇ ਲਾਈਕ ਅਸੀਂ ਇੱਕ ਦੂਸਰੇ ਨੂੰ ਬੁਲਾਇਆ ਵਧੀਆ ਤਰੀਕੇ ਨਾਲ, ਉਹ ਲਿਖਦੇ ਸੀਗੇ, ਬਹੁਤ ਸੋਹਣਾ ਗਾਣਾ ਲਿਖਿਆ ਹੋਇਆ ਸੀ ਉਹਨਾਂ ਨੇ, ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਵੀਰੇ ਤੁਹਾਡੇ ਲਈ ਗਾਣਾ ਮੈਂ ਦਊਂਗਾ ਤੁਹਾਨੂੰ ਲਿਖ ਕੇ ਕਦੇ ਨਾ ਕਦੇ। ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਪੋਸੀਬਲ ਨੀਗਾ, ਮੈਂ ਆਲਰੇਡੀ ਬਹੁਤ ਗਾਣੇ ਲੱਭ ਚੁੱਕਾ, ਮੈਨੂੰ ਕੋਈ ਗਾਣਾ ਨਹੀਂ ਲੱਭਿਆ ਮੇਰੇ ਮਤਲਬ ਦਾ। ਫਿਰ ਉਹਨਾਂ ਨੇ ਮੈਨੂੰ ਚੈਲੰਜ ਕੀਤਾ ਸੀ ਅੱਗੇ ਕਿ ਵੀਰੇ ਇੱਕ ਸਿਟਿੰਗ ਦੀ ਗੱਲ ਆ ਸਿਰਫ, ਜਿੱਦਣ ਆਪਾਂ ਬੈਠ ਕੇ ਤੁਹਾਨੂੰ ਗਾਣਾ ਪਸੰਦ ਆ ਜੂਗਾ। ਫਿਰ ਉਹੀ ਗੱਲ ਹੋਈ, ਥੋੜ੍ਹੇ ਦਿਨਾਂ ਬਾਅਦ ਅਸੀਂ ਬੈਠੇ ਅਤੇ ਉਹਨਾਂ ਨੇ ਮੈਨੂੰ ਗਾਣੇ ਸੁਣਾਏ, ਉਹਨਾਂ ਨੇ 3 ਹੀ ਗਾਣੇ ਸੁਣਾਏ, ਅਤੇ ਉਹ ਮੈਂ 3 ਦੇ 3 ਗਾਣੇ ਹੀ ਉਹਨਾਂ ਕੋਲੋਂ ਮਤਲਬ ਆਪਣੇ ਲਈ ਰੱਖ ਲਏ, ਲੌਕ ਕਰ ਲਏ। ਅਤੇ ਉਹਨਾਂ 'ਚੋਂ ਸਭ ਤੋਂ ਪਹਿਲਾਂ ਨਫ਼ਰਤ ਸੀਗਾ, ਬਾਕੀ 2 ਵੀ ਆ ਰਹੇ ਆ, ਬੈਕ ਟੂ ਬੈਕ ਆਪਾਂ ਕਰਾਂਗੇ ਹੁਣ। ਅਤੇ ਬਟ ਸਾਹਿਲ, ਤੁਹਾਡੇ ਸੌਂਗ ਦੀ ਵੀਡੀਓ ਤਾਂ ਬੜੀ ਕਮਾਲ ਹੈ, ਅਤੇ ਗੀਤ ਦੀ ਜੇ ਗੱਲ ਕਰੀਏ, ਮਿਊਜ਼ਿਕ ਤਾਂ ਹੋਰ ਵੀ ਸੁਪਰ ਡੁਪਰ ਹਿੱਟ ਗਿਆ ਉਹਦੇ ਵਿੱਚ। ਅਤੇ ਜੇ ਆਪਾਂ ਮਿਊਜ਼ਿਕ ਡਾਇਰੈਕਟਰ ਦੀ ਗੱਲ ਕਰੀਏ, ਇਹ ਬਹੁਤ ਹੀ ਡਿਫੀਕਲਟ ਟਾਸਕ ਹੈ ਇੱਕ ਮਿਊਜ਼ਿਕ ਡਾਇਰੈਕਟਰ ਚੂਜ਼ ਕਰਨਾ, ਅਤੇ ਇਹਦੇ ਵਿੱਚ ਕਿੰਨੀ ਕੁ ਮੁਸ਼ਕਿਲਾਂ ਤੁਹਾਨੂੰ ਆਈਆਂ? ਮੁਸ਼ਕਿਲਾਂ ਤਾਂ ਦੇਖੋ ਬਹੁਤ ਜ਼ਿਆਦਾ ਆਉਂਦੀਆਂ, ਬਟ ਲਾਈਕ ਇੱਕ ਸ਼ੁਰੂਆਤ ਤੋਂ ਹੀ ਦਿਮਾਗ ਦੇ ਵਿੱਚ ਇੱਕ ਚੀਜ਼ ਸਟੱਕ ਹੋਈ ਹੋਈ ਸੀਗੀ ਕਿ ਮਿਊਜ਼ਿਕ ਆਪਾਂ ਕਰਵਾਉਣਾ ਤਾਂ ਸਨੀ ਵਿਖਾਉਣਾ ਤੋਂ ਹੀ ਕਰਵਾਉਣਾ, ਕਿਉਂਕਿ ਉਹ ਲਾਈਕ ਇੱਕ ਆਪਾਂ ਦੇਖਦੇ ਨਾ ਕਿ ਇੱਕ ਡਾਇਰੈਕਟ ਬੰਦਾ ਚੂਜ਼ ਕਰਨਾ ਔਰ ਇੱਕ ਬੰਦਾ ਆਪਣਾ ਇੱਕ ਸਾਈਡ 'ਤੇ ਖੜ੍ਹਾ ਹੈ ਨਾ, ਅਤੇ ਉਹਨਾਂ 'ਚੋਂ ਆਪਾਂ ਨੂੰ ਪਤਾ ਹੁੰਦਾ ਕਿ ਕਿੰਨੇ ਆਪਣਾ ਵੱਧ ਸਾਥ ਦੇਣਾ। ਠੀਕ ਆ, ਉਹ ਜਿਹੜੇ ਆਪਣੇ ਸਨੀ ਵਿਕ ਭਾਈ ਹੋਣੀ ਨੇ, ਉਹਨਾਂ ਨੇ ਆਪਣਾ, ਮੈਨੂੰ ਪਤਾ ਸੀ ਉਹਨਾਂ ਨੇ ਆਪਣਾ 100% ਦੇਣਾ, ਹਾਲਾਂਕਿ ਉਹਨਾਂ ਨੇ 100 ਦਾ ਵੀ 101% ਦਿੱਤਾ ਉਹਨਾਂ ਨੇ ਮਿਊਜ਼ਿਕ ਵੱਲੋਂ, ਕਿਸੇ ਪਾਸੋਂ ਵੀ ਕਮੀ ਨਹੀਂ ਛੱਡੀ, ਅਤੇ ਬਹੁਤ ਜ਼ਿਆਦਾ ਤਾਰੀਫ ਵੀ ਉਸਦਾਂ ਦੀ ਹੋਈ ਇਸ ਵਕਤ ਨਾ, ਕਮੈਂਟਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਯੂਟਿਊਬ ਦੇ ਵਿੱਚ ਉਹਨਾਂ ਦੇ ਮਿਊਜ਼ਿਕ ਦੀ ਵੀ ਬਹੁਤ ਤਾਰੀਫ ਹੋਈ ਆ। ਤੁਹਾਨੂੰ ਜਦੋਂ ਫਸਟ ਟਾਈਮ ਇਹ ਗਾਣਾ ਪੂਰਾ ਰੈਡੀ ਹੋਣ ਤੋਂ ਬਾਅਦ ਤੁਸੀਂ ਫਸਟ ਟਾਈਮ ਸੁਣਿਆ ਇਹ ਸੌਂਗ, ਉਦੋਂ ਕਿੰਨੀ ਕੁ ਜ਼ਿਆਦਾ ਐਕਸਾਈਟਮੈਂਟ ਸੀ, ਕਿੰਨੀ ਕੀ ਮਨ ਦੇ ਵਿੱਚ ਚੱਲ ਰਿਹਾ ਸੀ? ਐਕਸਾਈਟਮੈਂਟ ਬਹੁਤ ਜ਼ਿਆਦਾ ਸੀਗੀ, ਤੁਹਾਨੂੰ ਮੈਂ ਸੱਚ ਦੱਸਾਂ ਤਾਂ, ਬਟ ਮੈਂ ਤੁਹਾਨੂੰ ਸਹੀ ਦੱਸਾਂ, ਉਸ ਤੋਂ ਵੀ ਪਹਿਲਾਂ ਮੈਂ ਸਭ ਤੋਂ ਪਹਿਲਾਂ ਆਪਣੇ ਘਰੇ ਭੇਜਿਆ ਗਾਣਾ ਮੋਮ ਡੈਡ ਨੂੰ, ਉਹਨਾਂ ਨੇ ਸੁਣਿਆ ਔਰ ਉਹਨਾਂ ਨੇ ਮੈਨੂੰ ਖੁਦ ਫਿਰ ਕਿਹਾ ਕਿ ਹਾਂ ਨਹੀਂ ਹੁਣ ਤੂੰ ਘਰ ਇਹਦੀ ਵੀਡੀਓ ਵੀ ਕਰ ਅੱਗੇ, ਹੈ ਨਾ। ਉਹਨਾਂ ਨੂੰ ਪਸੰਦ ਆਇਆ ਸਭ ਤੋਂ ਪਹਿਲਾਂ, ਫਿਰ ਮੈਂ ਆਪਣੇ ਦੋਸਤਾਂ ਦੇ ਵਿੱਚ ਜਿਹੜੇ ਮੇਰੇ ਬਹੁਤ ਜ਼ਿਆਦਾ ਕਲੋਜ਼ ਨੇ ਜਾਂ ਮੇਰੇ ਤੋਂ ਵੱਡੇ ਨੇ, ਮੇਰੇ ਸੀਨੀਅਰਸ ਨੇ, ਹੈ ਨਾ, ਇੰਡਸਟਰੀ ਦੇ ਵਿੱਚ ਹੀ, ਉਹਨਾਂ ਨੂੰ ਸੁਣਾਇਆ, ਉਹ ਵੀ ਕਹਿੰਦੇ ਬਾ ਕਮਾਲ ਸੌਂਗ ਆ, ਇਕੱਲਾ ਹੀ ਚਾਹੀਦਾ ਆਪਾਂ ਨੂੰ ਡੈਬਿਊ, ਇਸ ਤੋਂ ਵਧੀਆ ਡੈਬਿਊ ਤੈਨੂੰ ਨਹੀਂ ਮਿਲ ਸਕਦਾ ਹੋਰ ਜਲਦੀ, ਇਸ ਕਰਕੇ ਆਪਾਂ ਇਹ ਗਾਣਾ ਮਤਲਬ ਅੱਗੇ ਪ੍ਰੋਸੀਡ ਕੀਤਾ ਸੀ। ਹਰ ਸੌਂਗ ਦੇ ਸਕਸੈਸ ਦੇ ਪਿੱਛੇ ਉਹਦੀ ਵੀਡੀਓ ਦਾ ਮੇਨ ਰੋਲ ਹੁੰਦਾ, ਤੇ ਜਦੋਂ ਤੁਸੀਂ ਸਿੰਗਿੰਗ ਦੇ ਨਾਲ ਨਾਲ ਵੀਡੀਓ ਦੇ ਵਿੱਚ ਫਸਟ ਟਾਈਮ ਐਕਟਿੰਗ ਕੀਤਾ, ਕਈ ਵਾਰੀ ਬਹੁਤ ਮੁਸ਼ਕਿਲ ਵੀ ਲੱਗਿਆ ਹੋਣੇ, ਤੇ ਤੁਹਾਨੂੰ ਕਿੱਦਾਂ ਸਾਰਾ ਕੁਝ ਵੀਡੀਓ ਦੇ ਉੱਤੇ ਪ੍ਰਿਪਰੇਸ਼ਨ ਦੇ ਵਿੱਚ ਕਿੱਦਾਂ ਦੀ ਫੀਲਿੰਗ ਆਈ ਕਰਦੇ ਹੋਏ ਸਾਰਾ ਕੁਝ? ਦੇਖੋ ਜਿੱਦਣ ਗਾਣੇ ਦਾ ਸ਼ੂਟ ਰੱਖਿਆ ਆਪਾਂ, ਉਸ ਤੋਂ ਇੱਕ ਦਿਨ ਪਹਿਲਾਂ ਟਰੂ ਮੇਕਰਸ ਵਾਲੇ ਨੇ ਦਿਲਸ਼ੇਰ ਭਾਜੀ, ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਸਿੰਕ ਕਰਕੇ ਦਿਖਾ ਕਰ ਕਿੱਦਾਂ ਕਰ ਸਕਦਾ, ਹੈ ਨਾ। ਅਤੇ ਮੈਨੂੰ ਕੁਛ ਆਉਂਦਾ ਨਹੀਂ ਸੀ, ਮੈਂ ਡਰਿਆ ਪਿਆ ਸੀਗਾ, ਮੈਂ ਕਿਹਾ ਭਾਜੀ ਮੈਨੂੰ ਤਾਂ ਕੁਛ ਨਹੀਂ ਆਉਂਦਾ, ਕਹਿੰਦਾ ਕੁਛ ਤਾਂ ਕਰ ਯਾਰ ਤੂੰ, ਮੈਂ ਕਿਹਾ ਭਾਜੀ ਮੈਨੂੰ ਕੁਛ ਨਹੀਂ ਆਉਂਦਾ, ਮੈਨੂੰ ਨਹੀਂ ਪਤਾ ਕੁਛ ਵੀ। ਬਟ ਫੋਰਚੂਨੇਟਲੀ ਜਦੋਂ ਅਸੀਂ ਪਹਿਲੇ ਦਿਨ ਸ਼ੂਟ 'ਤੇ ਗਏ, ਹੈ ਨਾ, ਲੋਕੇਸ਼ਨ 'ਤੇ ਗਏ, ਜਾਂਦੇ ਸਾਰ ਹੀ ਪਹਿਲਾ ਹੀ ਜਿਹੜਾ ਰੋਲ ਸੀਗਾ, ਪਹਿਲਾ ਹੀ ਐਕਟ ਸੀਗਾ, ਉਹ ਬਿਲਕੁਲ ਪਰਫੈਕਟ ਹੋ ਗਿਆ। ਉਹ ਜਦੋਂ ਪਹਿਲਾ ਪਰਫੈਕਟ ਹੋ ਗਿਆ, ਉਦੋਂ ਬਾਅਦ ਆਪਾਂ ਰੁਕੇ ਨਹੀਂ, ਬੈਕ ਟੂ ਬੈਕ ਸਾਰੇ ਪਰਫੈਕਟ ਹੁੰਦੇ ਗਏ। ਸ਼ੂਟਿੰਗ ਕਰਦੇ ਹੋਏ ਤਾਂ ਬਹੁਤ ਮਜ਼ਾ ਆਉਂਦਾ, ਹੈ ਨਾ, ਗਾਣਿਆਂ ਦੀ ਸੌਂਗਸ ਦੀ ਸ਼ੂਟ ਕਰੋ ਜਦੋਂ, ਉਦੋਂ ਤਾਂ ਬੜਾ ਹੀ ਅਮੇਜ਼ਿੰਗ ਟਾਈਮ ਹੁੰਦਾ। ਅਤੇ ਤੁਹਾਡੀ ਵੀਡੀਓ ਦੇ ਵਿੱਚ ਕਿਹੜਾ ਸਭ ਤੋਂ ਬੈਸਟ ਪਾਰਟ ਸੀਗਾ ਜੋ ਤੁਹਾਨੂੰ ਵੀਡੀਓ ਦੇ ਸ਼ੂਟ ਦੇ ਦੌਰਾਨ ਅੱਜ ਵੀ ਯਾਦ ਹੈ? ਜਿਹੜਾ ਗਾਣੇ ਦਾ ਲਾਸਟ 10 or 15 seconds ਆ ਨਾ, ਉਹਦੇ ਵਿੱਚ ਮੇਰੀ ਬਾਡੀ ਦੇ ਉੱਪਰ ਕਲੇ ਲੱਗੀ ਹੋਈ ਆ, ਫੇਸ 'ਤੇ, ਲਾਈਕ ਹੈਡ 'ਤੇ, ਬੀਅਰਡ 'ਤੇ, ਬਾਹਾਂ 'ਤੇ, ਲੈਗਸ 'ਤੇ, ਔਰ ਉਹ ਮੈਨੂੰ ਸਟੈਚੂ ਬਣਾਇਆ ਗਿਆ ਸੀ ਪ੍ਰੋਪਰ। ਔਰ ਉਹ ਦਿਨ ਸੀਗੇ ਜਨਵਰੀ ਦੇ, ਉਦੋਂ ਠੰਡ ਬਹੁਤ ਜ਼ਿਆਦਾ ਹੁੰਦੀ ਆ, ਫੋਗ ਵਗੈਰਾ ਪਈ ਹੋਈ ਸੀ ਬਾਹਰ, ਔਰ ਰਾਤ ਦੇ 3 ਵਜੇ ਹੋਏ ਸੀਗੇ। ਉਹ ਵਾਲਾ ਟਾਈਮ ਸੀ ਨਾ ਜਿਹੜਾ, ਲਾਈਕ 2 ਘੰਟੇ ਮੈਨੂੰ ਖੜ੍ਹਾ ਕਰੀ ਰੱਖਿਆ ਉਹਨਾਂ ਨੇ, 2 ਘੰਟੇ। ਔਰ ਜਦੋਂ ਕਲੇ ਸੁੱਕ ਜਾਂਦੀ ਨਾ ਕਲੇ, ਉਹ ਲਾਈਕ ਵਾਟਰ ਦਾ ਆਪਣੇ ਪਾਣੀ ਪਾਉਂਦੇ ਸੀਗੇ ਨਾ, ਸਪਰੇ ਕਰਦੇ ਸੀ ਉੱਪਰੋਂ, ਔਰ ਮੇਰਾ ਇੰਨਾ ਜ਼ਿਆਦਾ ਬੁਰਾ ਹਾਲ ਸੀਗਾ ਨਾ, ਮਤਲਬ ਉਹ ਟਾਈਮ ਸੀ ਨਾ ਜਿਹੜਾ 2 ਘੰਟੇ ਮੈਨੂੰ ਲੱਗਦਾ ਮੈਂ ਆਪਣੀ ਲਾਈਫ ਦੇ ਸਭ ਤੋਂ ਔਖੇ 2 ਘੰਟੇ ਕੱਟੇ ਆ। ਬਟ ਉਹ ਇਨਾ ਔਖਾ ਚੀਜ਼ਾਂ ਨੇ ਤੁਹਾਨੂੰ ਸਕਸੈਸ ਦਿਵਾਈ, ਉਸੇ ਚੀਜ਼ ਨੇ ਮੇਰੇ ਵੀਡੀਓ ਨੂੰ ਇੰਨਾ ਅੱਗੇ ਲੈ ਕੇ ਆਂਦਾ, ਹੈ ਨਾ। ਉਹ ਇੱਕ ਪਾਰਟ ਜਦੋਂ ਆਂਦਾ ਨਾ, ਲਾਈਕ ਜਿੰਨੇ ਵੀ ਰਿਵਿਊਜ਼ ਆਏ ਹਲੇ ਤੱਕ, ਉਹ ਸਭ ਤੋਂ ਜ਼ਿਆਦਾ ਮੋਸਟ ਲਾਈਕ ਜਿਹੜਾ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ, ਉਹੀ ਪਾਰਟ ਹੈ ਸਾਰੇ ਗਾਣੇ ਦੇ ਵਿੱਚ। ਤੇ ਹੁਣ ਤੁਹਾਡੇ ਟਰੈਕ ਦੇ ਬਾਰੇ, ਨਫ਼ਰਤ ਦੇ ਬਾਰੇ ਆਪਾਂ ਬਹੁਤ ਗੱਲਾਂ ਕਰ ਲਈਆਂ, ਤੇ ਹੁਣ ਮੇਰਾ ਦਿਲ ਕਰ ਰਿਹਾ ਕਿ ਉਹਨੇ ਆਪਾਂ ਵਿਊਅਰਸ ਨੂੰ ਲਾਈਵ ਸੌਂਗ ਸੁਣਾਈਏ, ਤੇ ਮੈਨੂੰ ਲੱਗਦਾ ਹੁਣ 2 ਲਾਈਨਾਂ ਤਾਂ ਜੀ ਬੰਦੀਆਂ ਹੀ ਨੇ। ਮੈਂ ਤੁਹਾਨੂੰ
ਆਪਣੇ ਗਾਣੇ ਦੀਆਂ ਉਹ ਲਾਈਨ ਸੁਣਾ ਦੇਣਾ ਜਿਹੜੀਆਂ ਸਭ ਤੋਂ ਜ਼ਿਆਦਾ ਪਸੰਦ ਕੀਤੀਆਂ ਨੇ। ਜ਼ਰੂਰ ਜੀ ਜ਼ਰੂਰ। ਪਹਿਲਾਂ ਤੜਪਾਉਣਾ ਫਿਰ ਮੁੜ ਆਉਣਾ, ਕਾਨੂੰਨਿਆਂ ਕਾਇਦਾ ਨਹੀਂ ਹੁੰਦਾ, ਬੰਦੇ ਦੇ ਮਰ ਮੁੱਕ ਜਾਣ ਤੋਂ ਬਾਅਦ ਰੋਣ ਦਾ ਫਾਇਦਾ ਨਹੀਂ ਹੁੰਦਾ। ਪਹਿਲਾਂ ਤੜਪਾਉਣਾ ਫਿਰ ਮੁੜ ਆਉਣਾ, ਕਾਨੂੰਨਿਆਂ ਕਾਇਦਾ ਨਹੀਂ ਹੁੰਦਾ, ਬੰਦੇ ਦੇ ਮਰ ਮੁੱਕ ਜਾਣ ਤੋਂ ਬਾਅਦ ਰੋਣ ਦਾ ਫਾਇਦਾ ਨਹੀਂ ਹੁੰਦਾ। ਜਿੰਨੇ ਵੀ ਸਾ ਮੇਰੇ ਸਾਰੇ ਹੀ ਨਾ ਤੇਰੇ, ਹੁਣ ਜਾਂਦੇ ਜਾਂਦੇ ਜ਼ਿੰਦਗੀ ਵੀ ਤੇਰੇ ਨਾਮ ਮੈਂ ਕਰਤੀ ਆ। ਤੂੰ ਮੈਨੂੰ ਨਫ਼ਰਤ ਕਰਦਾ, ਨਫ਼ਰਤ ਮੈਨੂੰ ਚੰਗੀ ਲੱਗਦੀ ਆ, ਏ ਤੇਰੀ ਨਫ਼ਰਤ ਵੀ ਹੈ ਪਿਆਰ ਦੇ ਰੰਗ ਵਿੱਚ ਰੰਗੀ ਲੱਗਦੀ ਆ। ਤੂੰ ਮੈਨੂੰ ਨਫ਼ਰਤ ਕਰਦਾ, ਨਫ਼ਰਤ 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 ਕਰਦਾ। ਬਹੁਤ ਵਧੀਆ ਜੀ, ਬਹੁਤ ਵਧੀਆ, ਵੈਰੀ ਗੁੱਡ। ਬਟ ਮੈਨੂੰ ਇੱਕ ਗੱਲ ਕਲਿੱਕ ਕਰ ਰਹੀ ਹੈ ਬਾਰ ਬਾਰ, ਵੀ ਇਹ ਸੌਂਗ ਲਿਖਣ ਦੇ ਪਿੱਛੇ ਪਰਪਸ ਕੀ ਰਿਹਾ? ਵੀ ਲਾਈਫ ਦੇ ਵਿੱਚ ਤੁਹਾਨੂੰ ਸੱਚੀ ਕਿਸੇ ਨਾਲ ਨਫ਼ਰਤ ਹੋਈ ਹੈ ਕਦੀ? ਸਟੱਡੀ ਟਾਈਮ ਚਲੋ ਹੁੰਦਾ ਹੀ ਆ, ਸਾਰਿਆਂ ਦਾ ਕੁਛ ਨਾ ਕੁਛ ਹੁੰਦਾ, ਬਟ ਮੈਂ ਕਹਿੰਦਾ ਜੋ ਵੀ ਹੁੰਦਾ ਚੰਗੇ ਲਈ ਹੁੰਦਾ। ਅਗਰ ਉਸ ਟਾਈਮ 'ਤੇ ਕੁਛ ਇੱਦਾਂ ਦਾ ਨਾ ਹੁੰਦਾ ਤਾਂ ਮੈਂ ਅੱਜ ਇੱਥੇ ਨਾ ਆਉਂਦਾ, ਹੈ ਨਾ। ਉਹ ਚੀਜ਼ ਡਿਪਲੋਮਾ ਡਿਗਰੀ ਜੋ ਵੀ ਆਪਾਂ ਪਿੱਛੇ ਸਟੱਡੀ ਕਰਕੇ ਆਏ ਹਾਂ, ਚਲੋ ਉਸ ਟਾਈਮ 'ਤੇ ਹੋ ਕੇ ਫਿਨਿਸ਼ ਹੋ ਗਿਆ ਸੀ ਉੱਥੇ। ਬਟ ਸਭ ਤੋਂ ਵੱਡੀ ਚੀਜ਼ ਜਿਹੜੀ ਸੀ ਮੇਰੇ ਘਰਦੇ ਮੇਰੇ ਨਾਲ ਖੜੇ ਸੀ ਐਂਡ ਤੱਕ, ਹੈ ਨਾ। ਉਹਨਾਂ ਤੋਂ ਵੱਧ ਕੇ ਕੁਛ ਨਹੀਂ ਹੁੰਦਾ। ਅਤੇ ਘਰਦਿਆਂ ਨੇ ਮੈਨੂੰ ਸਪੋਰਟ ਕੀਤੀ ਆ ਗਾਣੇ ਦੇ ਵਿੱਚ ਫੁੱਲ ਟੂ ਫੁੱਲ, ਹੈ ਨਾ। ਅਤੇ ਮੈਨੂੰ ਉਹ ਚੀਜ਼ਾਂ ਇੰਨੀਆਂ ਮੈਟਰ ਨਹੀਂ ਕਰਦੀਆਂ ਲਾਈਕ ਹੁਣ। ਉਸ ਵਕਤ ਤਾਂ ਲਾਈਕ ਕਹਿੰਦੇ ਨਾ, ਜਦੋਂ ਸੱਟ ਲੱਗਦੀ ਆ ਇੱਕਦਮ ਕਿਸੇ ਵੀ ਜਗ੍ਹਾ 'ਤੇ ਆਪਣੇ ਸੱਟ ਲੱਗਦੀ ਆ, ਦਰਦ ਉਦੋਂ ਬਹੁਤ ਹੁੰਦਾ ਵਾ। ਬਟ ਬਾਅਦ 'ਚ ਪਤਾ ਲੱਗਦਾ ਕਿ ਉਹਦੇ ਪਿੱਛੇ ਇੱਕ ਵਜ੍ਹਾ ਸੀਗੀ, ਹੈ ਨਾ। ਉਹ ਵਧੀਆ ਵਜ੍ਹਾ ਸੀ ਇਹ ਵਾਲੀ ਕਿ ਮੈਂ ਉਸ ਲਾਈਨ ਤੋਂ ਇਸ ਲਾਈਨ ਦੇ ਵਿੱਚ ਆਉਣਾ ਸੀਗਾ। ਚਲੋ ਕੁਛ ਵੀ ਹੋਇਆ, ਜੋ ਵੀ ਹੋਇਆ, ਮੈਂ ਕਹਿੰਦਾ ਜੋ ਹੁੰਦਾ ਚੰਗੇ ਲਈ ਹੁੰਦਾ। ਮੈਂ ਬਹੁਤ ਖੁਸ਼ ਹਾਂ। ਬਿਲਕੁਲ ਜੀ, ਹਰ ਇੱਕ ਚੀਜ਼ ਵਿੱਚੋਂ ਸਾਨੂੰ ਇੱਕ ਲੈਸਨ ਮਿਲਦਾ ਹੈ, ਅਤੇ ਲੈਸਨ ਦੇ ਵਿੱਚੋਂ ਅੱਗੇ ਤੁਹਾਡੀ ਸਕਸੈਸ ਤੁਹਾਨੂੰ ਮਿਲੀ ਹੈ। ਅਤੇ ਇਹਦੇ ਨਾਲ ਹੀ ਸਾਨੂੰ ਹੁਣ ਇੱਥੇ ਵੇਲਾ ਇਹ ਲੈਣ ਦਾ ਇੱਕ ਨਿੱਕੀ ਜਿਹੀ ਬ੍ਰੇਕ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਵੈਲਕਮ ਬੈਕ ਜੀ, ਇੱਕ ਵਾਰ ਤੋਂ ਫਿਰ ਸਵਾਗਤ ਹੈ ਤੁਹਾਡੇ ਫੇਵਰੇਟ ਸ਼ੋਅ ਦੇ ਵਿੱਚ, ਜਿਹਦਾ ਨਾਮ ਹੈ ਫਸਟ ਲੁੱਕ। ਅਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਬਹੁਤ ਹੀ ਟੈਲੈਂਟਡ ਸਿੰਗਰ ਦੇ ਨਾਲ, ਜਿਹਦਾ ਨਾਮ ਹੈ ਸਾਹਿਲ। ਅਤੇ ਸਾਹਿਲ ਜੀ, ਮੈਂ ਤੁਹਾਨੂੰ ਪੁੱਛਣਾ ਚਾਹਾਂਗੀ, ਜੇ ਤੁਸੀਂ ਐਜ਼ ਅ ਸਿੰਗਰ ਨਾ ਮਤਲਬ ਆਪਣਾ ਇਹ ਪ੍ਰੋਫੈਸ਼ਨ ਚੂਜ਼ ਕਰਦੇ, ਹੋਰ ਕੀ ਬਣਨਾ ਪਸੰਦ ਕਰਦੇ ਆਪਣੀ ਲਾਈਫ ਦੇ ਵਿੱਚ? ਇਸ ਤੋਂ ਇਲਾਵਾ ਮੈਨੂੰ ਸਪੋਰਟਸ ਦੇ ਵਿੱਚ ਸੀਗਾ ਸ਼ੌਂਕ, ਹੈ ਨਾ। ਮੈਂ ਬੈਡਮਿੰਟਨ ਖੇਡਦਾ ਰਿਹਾ, ਕਾਫੀ ਵਧੀਆ ਲੈਵਲ 'ਤੇ ਖੇਡਿਆ ਹੋਇਆ। ਹਾਲੇ ਵੀ ਬਹੁਤ ਜੀ ਕਰਦਾ ਵਾ, ਬਟ ਕੰਮ ਕਰ ਦੇ ਚੱਕਰ 'ਚ ਨਾ ਖੇਡ ਨਹੀਂ ਪਾਉਂਦੇ ਆਪਾਂ। ਜਾਂ ਉਸ ਤੋਂ ਇਲਾਵਾ ਮੈਨੂੰ ਆਈ ਟੀ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਸੀ ਸ਼ੁਰੂ ਤੋਂ ਹੀ। ਫ੍ਰੀਲੈਂਸਿੰਗ ਦੇ ਵਿੱਚ ਬਹੁਤ ਜ਼ਿਆਦਾ ਸ਼ੌਂਕ ਸੀਗਾ, ਮਤਲਬ ਘਰ ਬੈਠ ਕੇ ਕੰਮ ਕਰਨਾ ਸਾਰਾ। ਮੈਂ ਲਾਈਕ ਕਿਸੇ ਦੇ ਅੰਡਰ ਕੰਮ ਨਹੀਂ ਕਰ ਸਕਦਾ ਸੀ ਕਦੇ ਵੀ। ਫੈਸ਼ਨ ਦੇ ਨਾਲ ਨਾਲ ਆਪਣੇ ਆਪ ਨੂੰ ਫਿੱਟ ਰੱਖਣਾ ਵੀ ਬਹੁਤ ਜ਼ਰੂਰੀ ਹੈ, ਅਤੇ ਮੈਂ ਜਾਣਨਾ ਚਾਹੂੰਗੀ ਵੀ ਤੁਹਾਡਾ ਫਿਟਨੈਸ ਮੰਤਰਾ ਕੀ ਹੈ, ਵੀ ਕੀ ਤੁਸੀਂ ਰੋਜ਼ ਕਰਦੇ ਹੋ ਆਪਣੇ ਆਪ ਨੂੰ ਫਿੱਟ ਰੱਖਣ ਦੇ ਲਈ, ਅਪ ਟੂ ਡੇਟ ਰੱਖਣ ਦੇ ਲਈ? ਮੈਂ ਡੇਲੀ ਜਿਮ ਜਾਂਦਾ, ਠੀਕ ਹੈ। ਡੇਲੀ ਪਹਿਲਾਂ ਲਾਈਕ ਸ਼ੂਟ ਦੇ ਦੌਰਾਨ ਮੈਂ ਦੋ ਟਾਈਮ ਜਿਮ ਜਾਂਦਾ ਸੀ, ਸੁਬਹ ਕਾਰਡੀਓ, ਸ਼ਾਮ ਨੂੰ ਐਕਸਰਸਾਈਜ਼ ਲਗਾਉਂਦਾ ਸੀ, ਹੈ ਨਾ। ਮੇਰਾ ਵੇਟ ਪਹਿਲਾਂ ਇਨਕਰੀਜ਼ ਹੋ ਗਿਆ ਸੀ, ਮੇਰਾ ਐਕਸੀਡੈਂਟ ਹੋਇਆ ਸੀ ਰੀਸੈਂਟਲੀ, ਕਾਰ ਐਕਸੀਡੈਂਟ ਹੋਇਆ ਸੀ, ਉਸ ਤੋਂ ਬਾਅਦ ਮੇਰਾ ਵੇਟ ਗੇਨ ਹੋ ਗਿਆ ਸੀਗਾ। ਫਿਰ ਮੈਂ ਸ਼ੂਟ ਵਾਸਤੇ ਆਪਣਾ 13 ਤੋਂ ਲੈ ਕੇ 15 ਕਿਲੋ ਕੇਜੀ ਵੇਟ ਆਪਣਾ ਲੂਜ਼ ਕੀਤਾ ਸੀਗਾ ਸ਼ੂਟ ਵਾਸਤੇ ਸਿਰਫ। ਫਿਰ ਉਸ ਤੋਂ ਬਾਅਦ ਮੈਂ ਬੈਕ ਟੂ ਬੈਕ ਜਿਮ ਜਾ ਹੀ ਰਿਹਾ ਹਾਲੇ ਵੀ। ਅਤੇ ਤੁਸੀਂ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਸੌਂਗ ਤੋਂ ਸ਼ੁਰੂ ਕੀਤੀ, ਜਿਹੜਾ ਕਿ ਬਹੁਤ ਹੀ ਸੈਡ ਐਂਡ ਰੋਮਾਂਟਿਕ ਸਟੋਰੀ ਰਹੀ ਹੈ ਜਿਹਦੀ, ਅਤੇ ਅੱਗੇ ਜਾ ਕੇ ਵੀ ਇਨ ਫਿਊਚਰ ਦੇ ਵਿੱਚ ਤੁਹਾਡੇ ਕੀ ਪਲਾਨਸ ਨੇ? ਵੀ ਇੱਦਾਂ ਦੇ ਸੌਂਗ ਕਰੋਗੇ, ਵੀ ਕੋਈ ਤੜਕ ਫੜਕ ਬੀਟ ਵਾਲਾ ਸੌਂਗ ਵੀ ਮਿਲੇਗਾ? ਹਲੇ ਕੁਛ ਪਲੈਨਡ ਨਹੀਂ ਗਾ ਐਕਚੁਲੀ, ਜਿਹੜੇ ਬਾਕੀ ਦੇ ਗਾਣੇ ਆ ਸਾਰੇ ਸੈਡ ਹੀ ਆ। ਓਕੇ, ਹਾਂਜੀ, ਹਲੇ ਬੀਟ ਕੋਈ ਲਾਈਕ ਮੈਂ ਮੇਰਾ ਮਨ ਨਹੀਂ ਗਾ ਐਕਚੁਲੀ, ਮਤਲਬ ਤੁਸੀਂ ਇੱਦਾਂ ਸੈਡ ਸੈਡ ਕਰਦੇ ਕਰਦੇ ਲੋਕਾਂ ਤੋਂ ਪਿਆਰ ਲਈ ਜਾਣਾ ਬਹੁਤ। ਹਾਂਜੀ ਹਾਂਜੀ, ਐਗਜ਼ੈਕਟਲੀ, ਸੈਡ ਹੀ ਕਰਨੇ ਆਪਾਂ। ਤੇ ਮੈਂ ਜਾਣਨਾ ਚਾਹੂੰਗੀ ਵੀ ਤੁਹਾਡੇ 뮤직 ਲਈ ਕੀ ਡੈਫੀਨੇਸ਼ਨ ਹੈ? ਜੇ ਤੁਸੀਂ 뮤직 ਨੂੰ ਇੱਕ ਲਾਈਨ ਦੇ ਵਿੱਚ ਡਿਸਕ੍ਰਾਈਬ ਕਰੋਗੇ ਵੀ, ਤਾਂ ਤੁਸੀਂ ਕੀ ਕਹੋਗੇ ਫਿਰ ਉਹਦੇ ਬਾਰੇ? 뮤직 ਇੱਕ ਇਦਾਂ ਦੀ ਚੀਜ਼ ਆ ਲਾਈਕ ਰੱਬ ਦਾ ਦੂਸਰਾ ਰੂਪ ਆ 뮤직। ਬਿਲਕੁਲ, ਠੀਕ ਆ। ਰੱਬ ਨੂੰ ਜੋੜਦਾ ਲਾਈਕ 뮤직 ਦੀ ਕੋਈ ਲੈਂਗੁਏਜ ਨਹੀਂ, ਹੈ ਨਾ। 뮤직 ਆਪਾਂ ਨੂੰ ਲਾਈਕ ਸਟ੍ਰੈਸ ਫ੍ਰੀ ਕਰਦਾ ਵਾ, 뮤직 ਦੇ ਨਾਲ ਆਪਾਂ ਰਿਲੈਕਸ ਵੀ ਹੁੰਦੇ ਆ, 뮤직 ਆਪਾਂ ਨੂੰ ਲਾਈਕ ਮੋਟੀਵੇਟ ਵੀ ਕਰਦਾ ਵਾ। ਹਰ ਤਰਫ 뮤직 ਹੀ 뮤직 ਆ, ਹਰ ਚੀਜ਼ ਦੇ ਵਿੱਚ 뮤직 ਆ, ਹੈ ਨਾ। ਆਪਾਂ ਪੈਦਲ ਚੱਲਦੇ ਹਾਂ, ਉਹਦੇ ਵਿੱਚ ਵੀ 뮤직 ਆ, ਆਪਾਂ ਕੁਛ ਖਾਂਦੇ ਹਾਂ, ਉਹਦੇ ਵਿੱਚ ਵੀ 뮤직 ਆ, ਆਪਾਂ ਕੁਛ ਵੀ ਕਰਦੇ ਨਾ, ਹਰ ਚੀਜ਼ ਦੇ ਵਿੱਚ ਇੱਕ ਸਾਊਂਡ ਆ, ਉਹਨੂੰ ਆਪਾਂ 뮤직 ਕਹਿ ਸਕਦੇ ਹਾਂ। ਅਤੇ ਮੈਨੂੰ ਲੱਗਦਾ ਸਾਹਿਲ ਹੁਣ ਸੀਰੀਅਸ ਗੱਲਾਂ ਤਾਂ ਬਹੁਤ ਹੋ ਗਈਆਂ, ਹੈ ਨਾ, ਅਤੇ ਕਿਉਂ ਨਾ ਕੁਛ ਹੁਣ ਤੁਹਾਡੇ ਬਾਰੇ ਹੋਰ ਜਾਣੀਏ, ਅਤੇ ਮੈਂ ਇੱਥੇ ਜਾਣਨਾ ਚਾਹੂੰਗੀ ਵੀ ਸਾਹਿਲ ਨੂੰ ਖਾਣ ਦੇ ਵਿੱਚ ਕੀ ਪਸੰਦ ਹੈ, ਤੁਹਾਡੀ ਫੇਵਰੇਟ ਡਿਸ਼ ਕਿਹੜੀ ਹੈ ਸਭ ਤੋਂ? ਖਾਣ ਦੇ ਵਿੱਚ ਮੈਨੂੰ ਮੇਰੇ ਮੰਮੀ ਦੇ ਹੱਥ ਦੇ ਰਾਜਮਾਂਹ ਚਾਵਲ ਹੀ ਪਸੰਦ ਆ,
ਜਾਂ ਇਸ ਤੋਂ ਇਲਾਵਾ ਮੇਰੀ ਸਿਸਟਰ ਦੇ ਹੱਥ ਦੇ ਪਰਾਂਠੇ ਬਣਾ ਕੇ ਖਵਾਉਂਦੀ ਮੈਨੂੰ। ਬਿਲਕੁਲ ਜੀ, ਘਰ ਦਾ ਖਾਣਾ ਤਾਂ ਸਾਰਿਆਂ ਨੂੰ ਬਹੁਤ ਪਸੰਦ ਹੈ, ਅਤੇ ਇਹਦੇ ਨਾਲ ਨਾਲ ਤੁਹਾਡੀ ਫੇਵਰੇਟ ਹੋਲੀਡੇ ਡੈਸਟੀਨੇਸ਼ਨ ਕਿਹੜੀ ਹੈ? ਮੈਨੂੰ ਗੋਆ ਬਹੁਤ ਪਸੰਦ ਹੈ। ਤੁਹਾਡੇ ਫਿਊਚਰ ਪਲਾਨਸ ਕੀ ਹੈ ਅੱਗੇ, ਹੋਰ ਪ੍ਰੋਜੈਕਟਸ ਜਿਹੜੇ ਤੁਹਾਡੇ ਆ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਸਾਡੇ ਵਿਊਅਰਸ ਨੂੰ? ਇਹੀ ਕਹਿਣਾ ਚਾਹੂੰਗਾ, ਮੈਂ ਨਿਰਾਸ਼ ਨਹੀਂ ਕਰੂੰਗਾ ਕਿਸੇ ਨੂੰ, ਪਸੰਦ ਆਊਗਾ ਤੁਹਾਨੂੰ, ਮੈਟਰ ਬਹੁਤ ਪਸੰਦ ਆਊਗਾ। ਕੋਈ ਵੀ ਆਪਾਂ ਇੱਦਾਂ ਦਾ ਗਾਣਾ ਨਹੀਂ ਕਰਾਂਗੇ ਜਿੱਥੇ ਤੁਹਾਨੂੰ ਲੱਗੇ ਕਿ ਹਾਂ ਇਹ ਵੀਕ ਵੀਕ ਆ ਗਾਣਾ ਹੈ ਨਾ। ਆਪਾਂ ਇੱਕ ਤੋਂ ਇੱਕ ਆਪਾਂ ਉੱਪਰ ਹੀ ਕਰਾਂਗੇ, ਨਹੀਂ ਕਰਾਂਗੇ ਲੇਟ ਕਰ ਲਾਂਗੇ, ਬਟ ਆਪਾਂ ਉੱਪਰ ਤੋਂ ਉੱਪਰ ਹੀ ਕਰਾਂਗੇ, ਨੀਚੇ ਵਾਲਾ ਗਾਣਾ ਨਹੀਂ ਕਰਾਂਗੇ ਕੋਈ। ਬਿਲਕੁਲ ਜੀ, ਤੁਹਾਡੇ ਫੈਨਸ ਤੁਹਾਡੀ ਵੇਟ ਕਰ ਰਹੇ ਆ ਵੀ ਅਗਲਾ ਸਾਹਿਲ ਜੀ ਕਦੋਂ ਸੌਂਗ ਕੱਢਣਗੇ, ਅਤੇ ਤੁਹਾਡੇ ਨਾਲ ਗੱਲਬਾਤ ਕਰਕੇ ਅੱਜ ਬਹੁਤ ਵਧੀਆ ਲੱਗਿਆ। ਥੈਂਕ ਯੂ ਸੋ ਮੱਚ ਫਸਟ ਲੁੱਕ ਦੇ ਵਿੱਚ ਆਉਣ ਲਈ, ਅਤੇ ਅੱਗੇ ਫਿਰ ਮੁਲਾਕਾਤ ਕਰਾਂਗੇ। ਥੈਂਕ ਯੂ, ਥੈਂਕ ਯੂ ਸੋ ਮੱਚ।